ਪਰਮ ਮਹੰਤ ਸਨਮਾਨਯੋਗ ਬਹੁਤ ਹੀ ਸਤਿਕਾਰਯੋਗ ਇਸ ਧਰਨੇ ਦੇ ਬੈਠੇ ਬਹੁਤ ਲੰਬੇ ਸਮੇਂ ਤੋਂ ਨੌਜਵਾਨ ਵੀਰੋ ਕਿਸਾਨ ਵੀਰੋ ਮੇਰੇ ਭੈਣਾ ਬਜ਼ੁਰਗੋ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਸਮਝਦਾ ਕਿ ਭਾਈ ਦੀਪਸੰਦ ਜੀ ਹੋਣੀ ਔਰ ਸਮੁੱਚੀਓਂ ਦੀ ਟੀਮ ਵਧਾਈ ਦੀ ਪਾਤਰ ਹੈ ਕਿ ਜਿਨ੍ਹਾਂ ਨੇ ਇੱਕ ਜਿਹਾ ਮਾਂਜ ਦਿੱਤਾ ਜਿਹੜੇ ਮਾਂਜ ਦੇ ਉੱਪਰੋਂ ਖਾਸ ਤੌਰ ਤੇ ਜੋ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਦਾ ਹੀ ਨਹੀਂ ਬਲਕਿ ਸਮੁੱਚੇ ਦੇਸ਼ ਦਾ ਜੂਤ ਜਿਹਦੇ ਨਿਗਾਹਾਂ ਟਿਕੀਆਂ ਨੇ ਮੈਂ ਬਹੁਤੀ ਲੰਬੀ ਗੱਲ ਨਹੀਂ ਕਰਨਾ ਚਾਹੁੰਦਾ ਬੜੀਆਂ ਗੱਲਾਂ ਹੋਈਆਂ ਮੈਂ ਛੇਤੀ ਗੱਲ ਵੀ ਕਰਨੀ ਚਾਹੁੰਦਾ ਦੋ ਗੱਲਾਂ ਜੂ ਕਰਨੇ ਚਾਹਾਂਗਾ ਪਹਿਲੀ ਗੱਲ ਜਿਵੇਂ ਇੱਥੇ ਸਿੰਘ ਬੋਲ ਰਹੇ ਸੀ ਕਿ ਜਿਹੜੇ ਬਿਲ ਆਏ ਨੇ ਤਿੰਨ ਆਰਡੀਅਸ ਆ ਗਏ ਜਿਹੜੇ ਪਾਸ ਹੋ ਕੇ ਬਿਲ ਬਣ ਗਏ ਚੌਥਾ ਆਉਣ ਵਾਲਾ ਵੀ ਜਿਹੜਾ ਆ ਇਹ ਕੋਈ ਅੱਜ ਦੀ ਸਕੀਮ ਨਹੀਂ ਹੈ ਇਹ ਡਬਲਯੂਟੀਓ ਦੇ ਸਮਝੋਤੇ ਹੋਏ ਹੋਏ ਨੇ ਮਨਮੋਹਨ ਸਿੰਘ ਵੇਲੇ ਦੇ ਉਸ ਸਮੇਂ ਤੋਂ ਲੈ ਕੇ ਚੱਲਦੇ ਆ ਰਹੇ ਨੇ ਪਰ ਦੁੱਖ ਖੇਸ ਗੱਲ ਦਾ ਹੈ ਕਿ ਜਿਹੜੇ ਲੋਕਾਂ ਨੂੰ ਅਸੀਂ ਤਾਕਤ ਦਿੱਤੀ ਜਿਹਨਾਂ ਨੂੰ ਕੁਰਸੀਆਂ ਤੇ ਬਿਠਾਇਆ ਅੱਜ ਅਮਰਿੰਦਰ ਸਿੰਘ ਜੋ ਮਰਜੀ ਰੋਣਾ ਰੋਈ ਜਾਵੇ 6 ਮੀਟਿੰਗਾਂ ਹੋਈਆਂ 6 ਮੁੱਖ ਮੰਤਰੀ ਜਿਹੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਜੀ ਦਾ ਚੇਅਰਮੈਨ ਸੀ ਅਮਰਿੰਦਰ ਸਿੰਘ ਮੈਂਬਰ ਸੀ ਆਪ ਵੀਟੇ ਵਿੱਚ ਗਿਆ ਪੰਜਾਬ ਦੇ ਲੋਕਾਂ ਨੂੰ ਪਿੰਕ ਨਹੀਂ ਪਹਿਣ ਦਿੱਤੀ ਦੂਜੀ ਮੀਟਿੰਗ ਦੇ ਵਿੱਚ ਮਨਪ੍ਰੀਤ ਬਾਦਲ ਗਿਆ ਪਿੰਕ ਨਹੀਂ ਪਹਿਣ ਦਿੱਤੀ ਤੀਜੀ ਮੀਟਿੰਗ ਦੇ ਵਿੱਚ ਜਿਵੇਂ ਜੋਗਾ ਸਿੰਘ ਚਾਪੜ ਬੋਲ ਰਹੇ ਸੀ ਆਪਣਾ ਗਵਾਂਡੀ ਆਈਐਸ ਕਾਨ ਸਿੰਘ ਪੰਨੂ ਗਿਆ ਜੋ ਹਸਕੱਤਰ ਸੀ ਉਹਨੇ ਕਲੀ-ਕਲੀ ਗੱਲ ਅਗ ਦੱਸੀ ਕਿ ਪੰਜਾਬ ਦੇ ਹੱਕਾਂ ਤੇ ਢੱਕਾ ਮਾਰਿਆ ਜਾ ਰਿਹਾ ਹੈ ਜੇ ਕਰ ਸਕਦੇ ਉਸ ਕਰ ਲੋ ਪਿੰਕ ਨਹੀਂ ਕੱਢੀ ਮਾਂ ਦੇ ਪੁੱਤਾਂ ਨੇ ਆਹ ਦੂਜੇ ਪਾਸੇ ਕਿ ਦੂਜੇ ਪੇਰੇ ਸਾਡੇ ਆ ਲਾੜਾ ਭੇਜਿਆ ਸੀ ਦੋਵੇਂ ਮਾਲਕ ਦੀਵੇਂ ਚਲੇ ਗਏ ਕਹਿੰਦੇ ਵਿਪੁਜਾਰੀ ਕਰਤਾ ਵੀ ਲੋਕ ਸਭਾ ਦੇ ਬੋਰਡ ਬੋਣੀਆਂ ਹੱਕ ਜਾ ਲੈਣ ਨੂੰ ਪੁੱਛੇ ਜਾਂ ਸੁਖਵੀਰ ਨਹੀਂ ਮੰਨਦਾ ਹਰਸ਼ਵਰਦ ਕੋ ਬਾਦਲ ਦੀ ਜਾਂ ਹਰਸ਼ਵਰਦ ਬਾਦਲ ਦੀ ਦੋਹੇ ਦਾ ਮੈਂਬਰ ਨੇ ਬਿਪਕੀਆ ਵਾਚਰੀ ਕੀਤਾ ਮਾਲਕ ਤੀਵੀ ਨਹੀਂ ਦੋਹੇ ਇਕੱਠੇ ਰਹਿੰਦੇ ਨੇ ਕਹਿੰਦੇ ਬਿਪੁਜਾਰੀ ਕਰਤਾ ਫਿਰ ਦੇਖੋ ਕਿੱਡਾ ਮੂਰਖ ਬਣਾਉਂਦੇ ਨੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਪੰਜਾਬ ਦੇ ਲੋਕ ਸਭਾ ਮੂਰਖੇ ਹੋ ਗਏ ਕਹਿੰਦੇ ਬੀਬਾ ਹਰਸ਼ਵਰਦ ਕੌਰ ਬਾਦਲ ਨੇ 5 ਜੂਨ ਨੂੰ ਜਿਹੜਾ ਆਰਡੀਨੈਂਸ ਗਿਆ ਆਪਣੇ ਕੈਵਰਦੀ ਮੀਟੂ ਦੇ ਵਿੱਚ ਕਹਿੰਦੇ ਪੜ੍ਹਿਆ ਹੀ ਨਹੀਂ ਬੀਬੀ ਬਿਸਕੁਟ ਖਾਂਦੀ ਰਹੀ ਤੇ ਬਾਹਰ ਆ ਕੇ ਰੌਲਾ ਪਾਤਾ ਐਸਾ ਹੀ ਇੱਥੇ ਬਿਹਾਰ ਸਵਾਚ ਕਰੂਨ ਪਾਸ ਕਰਤਾ ਨਾਲ ਚਲੇ ਗਏ ਗਵਰਨਰ ਨੂੰ ਮਿਲਿਆ ਤੀਏ ਤੱਕ ਅਸੀਂ ਪੜ੍ਹਿਆ ਹੀ ਨਹੀਂ ਫੇਰ ਬਰੋਧ ਕਰਤਾ ਆ ਦਿੱਲੀ ਗਏ ਨਾਲ ਗਈ ਹੈ ਨਹੀਂ ਤੇ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਤੁਹਾਡਾ ਮੂਰਖ ਬਣਾਇਆ ਜਾ ਰਿਹਾ ਹੈ ਕਿਰਪਾ ਕਰੋ ਕਿ ਜਿੱਥੇ ਜੂਥ ਘਟਾ ਹੋ ਰਵੇ ਆਪ ਬਿਹਾਰ ਦੇ ਜੋਣਾ ਹੋਈਆਂ ਨੇ ਪਰ ਸਿਰੂ ਰਿਜਲਟ ਆਉਣਾ ਹੈ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਸ ਤਰ੍ਹਾਂ ਮੁੰਡਾ ਨੌਜਵਾਨ ਉੱਠਿਆ ਹੈ 80% ਬੋਰਡ ਨੂੰ ਪੈ ਰਹੀ ਹੈ ਔਰ ਮੁੱਖ ਮੰਤਰੀ ਨतीश ਕੁਮਾਰ ਨੂੰ ਹਰਾ ਕੇ ਜਿਵੇਂ ਜੂਥ ਨੇ ਇੱਕ ਪਾਸਾ ਕੀਤਾ ਇੱਥੇ ਤੋਂ ਜੂਥ ਘਟਾ ਹੋਇਓ ਪੰਜਾਬ ਦਾ ਜੂਥ ਉੱਠਿਆ ਤਬਦੀਲੀ ਲਿਆਏਗਾ ਜੂਥ ਸੋਇਨਾ ਕਿਲੇ ਨਾਲ ਮੈਂ ਬੇਨਤੀ ਕਰਾਂਗਾ ਕਿ ਸਾਰੇ ਇਕੱਠੇ ਹੋ ਕੇ ਆਪਸੀ ਮਤਵੇ ਉਪਰਾ ਕੇ ਇੱਕ ਪਰੇਡ ਫੋਰਮ ਇਕੱਠੇ ਹੋ ਚੱਲੀਏ ਬਹੁਤ ਬਹੁਤ ਧੰਨਵਾਦ ਵੈਰ ਜੀ ਕਾ ਖਾਲਸਾ ਵੈਰ ਫਤ